प्रबंधक समिति का स्पर्धे हुए पुनरार यूएन ग्यारह नंबर दी कैजुअल मैच भी नारा तीन तीन प्रेशर एक बॉल मिल रहा है कैजुअल हो गया उस बॉल के नहीं मिल रहा वो तो मैं कितनी जगह ना करूँ ये नारा टीम मार पड़ दी मार पड़ दी रहा था बढ़िया बंदे इधर फिर भी इतना कोल्ड प्ले बहुत बढ़िया कर दी तीन चार मिनट में देखे बहुत बढ़िया उन्होंने मतलब पोजिशन हैंडल किया मतलब बेसिक फुटआउट एंड सही खेलिया टेनिस खेडूगा हम उन्हों का कोच है जोड़ा ਤਾਈ ਕਰਾ ਗਿਆ ਜੀ ਬਾਈ ਜਿਹੜਾ ਟ੍ਰੈਪ ਗਲਤ ਕਰ ਗਿਆ ਜੀ ਟ੍ਰੈਪ ਸੋਹਣੀ ਲੱਗਦੀ ਗਰਾਊਂਡ ਨਾਲੇ ਉਹ ਛੱਡੇ ਆ ਵੀ ਸਾਰੇ ਪਾਸੇ ਪਿੰਡ ਹੀ ਸੋਹਣੇ ਇੱਦਾਂ ਉੱਧਰ ਦਾ ਬੰਦੇ ਖੁੱਲ੍ਹੇ ਦੇ ਲੜੀ ਆ ਸਾਰੇ ਆਹ ਪਿੰਡ ਹਾਂ ਉਹ ਪਿਆਰ ਕਰਦੇ ਫੁੱਟਬਾਲ ਨਾਲ ਤਾਂ ਮਤਲਬ ਆਪਣੀ ਰਨਿੰਗ 'ਚ ਸੀ ਉਹ ਲੱਤ ਤਾਂ ਖਿੱਚ ਨਹੀਂ ਸੀ Thank you.
ਖੇਡ ਕੇ ਬੰਦੇ ਦੀ ਕਿੱਟ ਲੈ ਜਾਵੇ ਤਾਂ ਬੜੀ ਅਜੀਬ ਹੋ ਰਿਹਾ ਲੂਜੇ ਪੈਰ ਤੇ ਪੈਰ ਰੱਖੋ ਜਿਵੇਂ ਫਿਰ ਤਾਂ ਚਲੋ ਗੱਲ ਵੱਖਰੀ ਪੈਰ ਦਸ ਮੈਂ ਹੁੱਲੇ ਪੈ ਕਿੱਦਾਂ ਵੀ ਉਹ ਮਾਰਦਾ ਤਾਂ ਲੂਜ ਕਿੱਟ ਪਾ ਦਿੱਤਾ ਨਾਮ ਨੇ ਛਿੰਨ ਪਾਏ ਆ ਕਮਾਲ ਦੀ ਗੱਲ ਹੈ ਛਿੰਨ ਪਾਏ ਉਹ ਆ ਉਹ ਜਿੰਨੇ ਨੇ ਸਿੱਧਾ ਨੇ ਮੈਨੂੰ ਪਤਾ ਜਿਹੜੇ ਇੰਨੇ ਕੈਜ਼ੂਅਲ ਬੱਚੇ ਨਾਲੇ ਸੋਕਸ ਵੀ ਛੋਟੀਆਂ ਛਿੰਨ ਛੁੰਨ ਤਾਂ ਨਹੀਂ ਪੈ ਸਕਦਾ ਮੈਨੂੰ ਇੱਦਾਂ ਨਹੀਂ ਪਸੰਦ ਬੱਚੇ ਜਿਹੜੇ ਫੁੱਟਬਾਲ ਨੂੰ ਇੰਨਾ ਕਿਤੇ ਪਿਆਰ ਕਰਦੇ ਵੀ ਅੰਦਰ ਘੱਟੋ ਘੱਟ ਤੁਸੀਂ ਜੰਗ 'ਤੇ ਜਾਣਾ ਤਿਆਰ ਵਰ ਤਿਆਰ ਹੋ ਕੇ ਜਾਓ ਆਪਣਾ ਸਮਾਨ ਨਾਲ ਪੂਰਾ ਲੈ ਕੇ ਜਾਓ ਇੰਨੇ ਤਿਆਰ ਹੋ ਕੇ ਜਾਓ ਗਰਾਊਂਡ 'ਚ ਵੀ ਤੁਸੀਂ ਵੱਖਰੇ ਦੱਸੋ ਚੀਜ਼ ਆ ਤੁਹਾਨੂੰ ਪਲੇਅਰਸ ਦੀ ਬੈਕਗਰਾਊਂਡ ਪਲੇਅਰ ਦੀ ਪੋਜੀਸ਼ਨ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਤਾਂ ਇਹੀ ਆ ਇਹੀ ਕੰਮ ਪ੍ਰਮੋਸ਼ਨ ਕਰਨਾ ਹੋਵੇ ਨਾ ਅਤੇ ਕਹਿਣ ਪੁੱਲਾਂ ਲਾਈ ਡਿਵੈਲਪਮੈਂਟ ਹੋ ਕੇ ਉੱਪਰ ਕੁੱਲੇ ਬੱਲੇ ਪਲੇਅਰ ਦੀ ਪ੍ਰੋਫਾਈਲ ਲਵਾਂਗੇ ਕਿੰਨਾ ਪੋਜੀਸ਼ਨ ਕਿੰਨਾ ਇਹ ਪਰਮਿਸ਼ਨ ਵਗੈਰਾ ਮਿਲ ਗਈ ਉਹਨਾਂ ਨੂੰ ਨਹੀਂ ਕਰ ਰਹੇ ਹਾਂ ਆਪਣੇ ਬੰਦੇ ਦਾ ਪ੍ਰੋਫੈਸ਼ਨਲ ਕਰ ਰਹੇ ਉਹ ਤਾਂ ਟਾਈਮ ਗੰਗ ਪਹੁੰਚਦੀ ਹੈ ਨਾ ਪ੍ਰੋਫੈਸ਼ਨਲ ਨਹੀਂ ਕਰਦੀ ਪਲੇਅਰਾਂ ਦੇ ਨਾਮ ਲਓ ਪੋਜੀਸ਼ਨ ਦੱਸੋ ਕਿ ਕਿੱਥੇ ਖੇਡਿਆ ਸਾਰਾ ਕੁਝ ਪਤਾ ਕਰੋ ਇਹ ਅਪਾਰਟਮੈਂਟ ਤੇ ਹੀ ਹੈ ਇਹ ਤਾਂ ਹੀ ਟਾਈਮ ਪਾਸ ਬੰਦੇ ਮੇਰਾ ਤਾਂ ਮਿਲ ਗਿਆ ਕਾ ਸਾਰਾ ਇਹ ਵਧੀਆ ਮਾਰ ਲਿਆ ਮੇਰੇ ਕੋਲ ਟੱਚ ਸ਼ੂਟ ਮਾਰੇ ਜਾਂ ਕਿੱਦਾਂ ਨੂੰ ਵਧੀਆ ਮਜ਼ਾ ਮਿਲ ਗਿਆ ਮਤਲਬ ਲਾ ਥੋੜ੍ਹੀ ਆ ਕਾਰਡ ਵੀ ਹੁੰਦਾ ਨਹੀਂ ਨਾ ਹੁੰਦਾ
ਇੰਟਰਨੈਸ਼ਨਲ ਦੇ ਸਾਰੇ ਪਲੇਅਰ ਇੱਦਾਂ ਕੈਜੂਅਲ ਸ਼ੋਲਡਰ ਸੈੱਟ ਕੇ ਸਮਝ ਨਹੀਂ ਆਉਂਦੀ ਕੀ ਗੱਲ ਹੈ। ਭਾਜੀ ਨਾਲ ਗੱਲ ਕਰਦੇ ਹਾਂ ਵੀ ਬੱਚੇ ਸਭ ਤੋਂ ਪਹਿਲਾਂ ਆਉਣ ਦਾ ਗਰਾਊਂਡ ਅੱਗ ਬਣ ਕੇ ਰਹਿਣ, ਚਲੋ ਗਰਮੀ ਆ ਕੁਛ ਵੀ ਆ, ਖੇਡਣ ਵਾਲਾ ਵੈਦਰ ਆ, ਗਰਮੀਆਂ 'ਚ ਖੇਡ ਨਾਲੇ ਕਿੱਟਾਂ ਬੱਚਿਆਂ ਨੇ ਕਿੱਦਾਂ ਸੌਕਸਾਂ ਨੀਵੀਆਂ ਨੀਵੀਆਂ, ਕੋਈ ਐਟੀਟਿਊਡ ਨਹੀਂ ਫੁੱਟਬਾਲ ਵਾਲਾ। ਐਨ ਟੀਮ ਇੱਕ ਵਾਰ ਜਾਵੇ ਗਰਾਊਂਡ ਦੇ ਵਿੱਚ ਤਾਂ ਮਤਲਬ ਪਤਾ ਲੱਗੇ ਪ੍ਰੋਫੈਸ਼ਨਲ। ਤਾਂ ਇਹੀ ਆ ਵੀ ਤੁਹਾਡਾ ਵਰਕ ਪਲੇਸ ਆ ਇਹ, ਇੱਥੇ ਹੀ ਸੋਹਣੇ ਲੱਗਣਾ, ਇੱਥੇ ਹੀ ਸਭ ਸਭ ਕੁਛ ਹੋਣਾ। ਉੱਥੇ ਫਸਿਆ ਫਸਾ ਲਿਆ ਬਾਲ, ਉਹ ਆਟੋਮੈਟਿਕਲੀ ਬੀਟ ਸੀ ਮਾਰਨਾ, ਕੋਈ ਫੁੱਟਬਾਲ ਥੋੜ੍ਹੀ ਆ, ਸਹੀ ਟਾਈਮ 'ਤੇ ਸਹੀ ਟੈਕਲ ਕਰਨਾ ਜਿਹੜਾ ਆ ਉਹ ਸਿਆਣਾ ਪਿਆ। ਸਪੋਟ ਕਿੱਕਾਂ ਡੇਂਜਰਸ ਹੀ ਹੁੰਦੀਆਂ ਨੇ।
ਪਟਿਆਲੇ ਦੀ ਟੀਮ ਬਹੁਤ ਵਧੀਆ ਅਕੈਡਮੀ ਰਹੀ ਸੀ ਤਰਵੀਰ ਅਕੈਡਮੀ ਬਹੁਤ ਵਧੀਆ ਸਿਸਟਮ ਰਹਿਣ ਦਾ ਉੱਥੇ ਬੱਚਿਆਂ ਦੇ ਘੁੰਮਣ ਦਾ ਹਰ ਚੀਜ਼ ਦਾ ਸਿਸਟਮ ਬਣਿਆ ਹੋਇਆ ਫੁੱਲਬੈਕ ਨੇ ਸਟੋਪਰ ਨੂੰ ਬਾਲ ਦੇਣਾ ਸਾਡੇ ਟਾਈਮ 'ਚ ਏਡਾ ਵੱਡਾ ਗੁਨਾਹ ਹੁੰਦਾ ਸੀ। ਹਾਂ, ਤੁਸੀਂ ਕੋਈ ਮੂਵ ਜਨਰੇਟ ਕਰਨਾ ਜਾਂ ਪਿੱਛੇ ਪ੍ਰਦਰਸ਼ਨ ਕਰਨਾ ਵੱਖਰੀ ਗੱਲ, ਅਦਰਵਾਈਜ਼ ਮੈਂ ਇੰਨੇ ਪੈਨੇ ਇੱਕ ਵਰਲਡ ਕੱਪ ਤੱਕ 'ਚ ਗੋਲ ਹੁੰਦੇ ਇਸ ਚੀਜ਼ ਦੇ ਨਾਲ। ਤੁਸੀਂ ਸੌਖਾ ਕੰਮ ਕਰਨ ਦੇ ਚੱਕਰ ਦੇ ਵਿੱਚ ਟੀਮ ਨੂੰ ਮਰਵਾ ਦਿੰਦੇ, ਦੇਖਣਾ ਚਾਹੀਦਾ ਪਹਿਲਾਂ ਫਰਦਰ ਆਪਸ਼ਨਸ ਕੀ ਹਨ। ਨਹੀਂ ਕੁਛ ਵੀ ਬਚਿਆ ਤਾਂ ਬਿਲਕੁਲ ਈਜ਼ੀ ਫੁੱਲਬੈਕ ਨਹੀਂ। ਮੈਂ ਤਾਂ ਆਪਣੀ ਡੀ ਦੇ ਵਿੱਚ ਵੱਡੀ ਡੀ 'ਚ ਪ੍ਰਦਰਸ਼ਨ ਕਰਨ ਦੇ ਹੱਕ 'ਚ ਨਹੀਂ, ਅਜੇ ਵੀ ਜਿੰਨਾ ਮਰਜ਼ੀ ਫੋਟੋ ਮੁੰਡੇ ਖੇਡਦੇ ਆ। ਵਾਹ, ਥੋੜ੍ਹਾ ਪਹਿਲਾਂ ਆ ਗਿਆ ਮੁੰਡਾ, ਉਹਦੇ ਮੂਵ ਵਧੀਆ ਸੀ ਵੈਸੇ। ਠੀਕ, ਫਲ ਦੇਣਾ ਚਾਹੀਦਾ ਹੈ ਦਿੱਤਾ ਉਹਨੇ ਪੈਰ ਹੀ ਨਹੀਂ ਸਹੀ ਵੱਜਿਆ ਨਾ ਸ਼ੂਟਰ ਮਾਰ ਦੇ ਪਰਸਨ ਗੋਲ ਬਣ ਰਿਹਾ ਆ ਆਪਣੇ ਤੋਂ ਬਾਅਦ ਬਾਲ ਨਹੀਂ ਦੇਣਾ ਹੈ ਕੀਪਰ ਬਾਲ ਲੈ ਲੈ ਅੰਦਰ ਜਾ ਕੇ ਬਾਲ ਬਰਸਾ ਮਿਲਦਾ ਜਾ ਕੇ ਟੀਮ ਮਾਰ ਦੇ ਬੰਗਾ
ਜਦੋਂ ਦਾ ਬ੍ਰੇਕ ਤੋਂ ਬਾਅਦ ਫੁੱਟਬਾਲ ਸ਼ੁਰੂ ਹੋਇਆ ਤਾਂ ਬੜਾ ਅਨਸਟੇਬਲ ਜਿਹਾ ਫੁੱਟਬਾਲ ਆ, ਕੋਈ ਜਿੱਦਾਂ ਪਹਿਲਾਂ ਵਧੀਆ ਫੁੱਟਬਾਲ ਚੱਲ ਰਿਹਾ ਸੀ ਚਾਂਸ ਬਣਦੇ ਆ, ਗਲਤੀਆਂ ਹੋ ਰਹੀਆਂ ਹੁਣ ਪਲੇਅਰਾਂ ਕੋਲ। ਸਪੀਡ ਤੇ ਤੁਰਦਾ ਇੰਨਾ ਗੈਪ ਸੀ। ਆਪਣੇ ਮੁੰਡੇ ਤੁਰੇ ਨੀ, ਇੰਨਾ ਗੈਪ ਸੀ ਉਹ ਸੈਂਟਰ ਜਿਹੜਾ ਤੁਸੀਂ ਦੱਸਿਆ ਮੂਵ ਸੇਮ ਪੇਸ ਤੇ ਦੌੜਦਾ ਉਹ, ਮੈਂ ਇੰਨਾ ਪੈਨਿਕ ਅਟੈਕ ਬਣਨਾ ਸੀ ਨਾ ਮੂਹਰੇ, ਆਪਣੇ ਆਪ ਆਊਟ ਆਫ ਪੋਜੀਸ਼ਨ ਹੋ ਜਾਂਦੇ ਡਿਫੈਂਡਰ ਜਦੋਂ ਇੱਦਾਂ ਦਾ ਮੂਵ ਹੁੰਦਾ। ਚਾਂਸ ਕਿੰਨਾ ਦਿੱਤਾ ਉਹਨਾਂ ਨੂੰ ਜਦੋਂ ਤਿੰਨ ਚਾਰ ਜਾਣੇ ਸੀਗੇ, ਉਹਨਾਂ ਨੂੰ ਓਪਰਚੁਨਿਟੀ ਦਿੱਤੀ, ਉਹਨਾਂ ਨੇ ਮਾਰੇ ਨਹੀਂ ਸ਼ੂਟ। ਹਾਂ ਇਹੀ ਮੈਂ ਨਾਲੇ ਉਹਨਾਂ ਦੇ ਡਿਫੈਂਡਰਾਂ ਨੂੰ ਇੰਟਰਨੈਸ਼ਨਲ ਤਾਂ ਚਾਹੀਦਾ ਸੀ ਇਮੀਡੀਏਟ ਕਲੋਜ਼ ਕਰਦੇ, ਇੰਨੇ ਈਜ਼ੀ ਨਹੀਂ ਹੋਣ ਦੇਣਾ ਚਾਹੀਦਾ ਸੀ, ਜੋ ਬੜੇ ਈਜ਼ੀ ਆਰਾਮ ਨਾਲ ਲੱਗੇ ਆ। ਦਿਖਾਵਾ ਜਾ ਰਿਹਾ ਭਾਈ ਅਸੀਂ ਫੋਨ ਕਰਕੇ ਬਹੁਤ ਸੋਹਣੀ ਕ੍ਰੋਸ ਇਹਦੀ ਚਾਲ ਦੇਖ, ਸੈਂਟਰ ਹੱਬੇ ਦੀ ਤੁਰਿਆ ਕਿਦਾਂ ਇਹਦੀ ਇਹੀ ਬਾਲ ਇਹਨੇ ਇੱਥੇ ਲੈਣਾ ਸੀ ਜਿਹੜਾ ਉਹਦਾ ਬਾਲ ਹਲੇ ਇਹ ਤਾਂ 50-50 ਕਰਦਾ ਨਾ। ਹੋਰ ਉਹ ਦੇਖੋ ਉਹ ਆਮੜ ਗਿਆ ਨੋਟ ਬੈਕ ਰਾਈਟ ਫੁੱਲ ਬੈਕ ਨੇ ਆ ਕੇ ਦੂਜੀ ਛੁੱਟਾਂ ਮਾਰਤੀਆਂ ਸਾਡੀ ਟੀਮ ਤੋਂ ਨਹੀਂ ਮਿਲੀਆਂ। ਇੱਕ ਬੜੀ ਵੱਡੀ ਕਮੀ ਪੰਜਾਬ ਫੁੱਟਬਾਲ 'ਚ ਆਈ ਹੈ, ਪੰਜਾਬੀ ਫੁੱਟਬਾਲ 'ਚ ਸਕੋਰ ਨਿਕਲਦੇ ਆ ਦੋ ਹੀ ਸ਼ੂਟਿੰਗ ਨਾਲ ਕ੍ਰੋਸਿੰਗ ਨਾਲ, ਇਹ ਪੰਜਾਬ ਦੀ ਸ਼ੁਰੂ ਤੋਂ ਸਟਰੈਂਥ ਰਹੀ ਆ। ਪੰਜਾਬ 'ਚ ਬੱਚੇ ਦੋ ਦੋ ਵਾਰ ਡ੍ਰਿਬਲ ਕਰਨ ਦੇ ਚੱਕਰ 'ਚ ਪੈ ਜਾਂਦੇ ਆ, ਵੀ ਇੱਕ ਡ੍ਰਿਬਲ ਕੀਤਾ ਫਿਰ ਦੂਜੀ ਵਾਰ ਕੀਤਾ ਸਹੀ ਟਾਈਮ 'ਤੇ, ਕ੍ਰੋਸਿੰਗ ਬਹੁਤ ਵੱਡੀ ਪਾਵਰ ਵਰਲਡ ਫੁੱਟਬਾਲ 'ਚ ਪਾਵਰ, ਸਭ ਤੋਂ ਜ਼ਿਆਦਾ ਗੋਲ ਹੁੰਦੇ ਆ। ਮੈਸੀ ਕਿੰਨੇ ਗੋਲ ਕਰੀ ਜਾਂਦਾ ਮਹਾਰਾਜ, ਹਰ ਮੈਚ ਗੋਲ 29 ਮੀਟਰ ਤੋਂ ਗੋਲ ਕੀਤਾ, 29 ਮੀਟਰ ਤੋਂ ਗੋਲ ਕੀਤਾ। ਕਮੈਂਟ ਚੜਿਆ ਸੀ ਮੈਸੀ ਨੇ ਅਰਜਨਟੀਨਾ ਤੋਂ ਗੋਲ ਕੀਤਾ, ਮੈਸੀ ਨੇ ਅਰਜਨਟੀਨਾ ਤੋਂ ਗੋਲ ਮਾਰਤਾ, ਪਰਫੈਕਟ ਪਲੇਅਰ ਕੈਮਰੇ ਦੇਖਦਾ ਨਾ ਜਿਹੜਾ ਬਾਲਾ ਕਰੀਏ ਨਾ।
ਇੱਥੇ ਤਾਂ ਭਾਵੇਂ ਘੱਟ ਫਰਕ ਹੁੰਦਾ ਜੰਗਲ ਦੇ ਮੈਚ ਮੂਚ ਕਰਨਾ ਬਹੁਤ ਮੇਰਾ ਸਾਡੂ ਬਣਾ ਪੈਂਦਾ ਨਾਲ ਲੜਨਾ ਉੜੀਕੇ ਤਾਂ ਨਹੀਂ ਹੈੱਡ ਵਾਈ ਜੀ ਦੇਖੀ ਮੈਂ ਕਦੀ ਵੀ ਜਿਹੜਾ ਚੜ੍ਹ ਕੇ ਮਾਰ ਪਿੱਛੋਂ ਆ ਕੇ ਮਾਰੋ ਹੈੱਡ ਦਾ ਚੰਗਾ ਤਾਂ ਆਪਾਂ ਰੱਖਿਆ ਥੋੜ੍ਹੀ ਜਿਹਾ ਮੁੰਡਾ ਬਹੁਤ ਭਾਈ ਨੋਰਮਲ ਟਾਈਮ 'ਚ ਤਾਂ ਹੁੰਦੀ ਨਹੀਂ ਸੀ ਐਕਸਟਰਾ ਟਾਈਮ 'ਚ ਕਦੇ ਹੋ ਗਏ ਐਕਸਟਰਾ ਟਾਈਮ 'ਚ ਕਈ ਹੋ ਜਾਂਦੀ ਸੀ ਔਰ ਜਿਸ ਵੀ ਜਿਹੜਾ ਇਹ ਵੀ ਭਾਵੇਂ ਪੰਜ ਸੱਤ ਦਸ ਓਵਰਲੇ ਭਾਂਗੀ ਤਿੰਨ ਤਾਂ ਮੰਨ ਲਈ ਸਾਡਾ ਉੱਥੇ ਗਿਆ ਉੱਥੇ ਵੀ ਰਹਿ ਗਈ No.
ਫੌਜ ਛੱਡ ਦਿੱਤਾ ਥੋੜਾ ਫੌਜ ਛੱਡਿਆ ਨਾ ਉਹਨੇ ਜੂਰ ਨਾਲ ਮਾਰ ਧੱਕਾ ਧੱਕਾ ਦਿੱਤਾ ਉਹਨੇ ਫੌਜ ਛੱਡਿਆ ਕੱਟਣ ਦਾ ਸ਼ੌਕੀਨ ਹੀ ਆ ਸਾਰੇ ਫਿੱਟ ਹੁੰਦੇ ਪੂਰੇ ਬਾਅਦ ਇਹਨਾਂ ਨੇ ਉਹ ਵੀ ਜਿਹੜੀ ਮੈਂ ਹੁਣ ਇੱਥੇ ਜ਼ਿਕਰ ਨਹੀਂ ਕਰਨਾ ਚਾਹੁੰਦਾ ਜੀ ਜੀ ਜੋ ਕੁਛ ਦੇਣ ਤੁਹਾਡੀ ਆ ਫੁੱਟਬਾਲ ਨੂੰ ਭਾਜੀ ਹੁਣੇ ਇੱਧਰ ਬਾਗਲਾ ਸਾਹਿਬ ਖੜੇ ਆ ਸ਼ੈਨੀ ਜੀ ਖੜੇ ਆ ਬਲਵਿੰਦਰ ਜੀ ਖੜੇ ਆ ਉਹ ਦੱਸਿਆ ਨਹੀਂ ਹੁੰਦੀ ਨਹੀਂ ਨਹੀਂ ਸਰ ਬਿਲਕੁਲ ਬਿਲਕੁਲ ਸਾਰਾ ਕੁਛ ਦਿਸਦਾ ਆਪਾਂ ਇੱਕ ਮੈਂ ਕਹਿੰਦਾ ਇਕੱਠੇ ਹੀ ਆ ਜੀ ਪੰਜਾਬ 'ਚ ਪਤਾ ਨਹੀਂ ਤਾਂ ਇਹ ਨਾਮ ਵੱਖਰਾ ਜੀ ਜੇ ਕਹੋ ਵੀ ਦੀਪੀ ਭਾਜੀ ਦੀ ਗੱਲ ਮੈਂ ਕਹਿੰਦਾ ਦੂਜਾ ਵਾਰੀ ਪੁੱਛਣਾ ਨਹੀਂ ਪੈਣਾ ਵੀ ਬੰਦਾ ਕੌਣ ਆ ਨਹੀਂ ਆ ਜਾਂਦੀ ਦਿਮਾਗ 'ਚ ਵੀ ਭਾਜੀ ਹੁਣੀ ਜੀ ਜੀ ਦੇਖੋ ਇਹ ਆਪਣਾ ਇਹ ਕਿਸੇ ਦੇ ਭਾਗਾਂ 'ਚ ਹੀ ਆ ਹਾਂਜੀ ਬਿਲਕੁਲ ਬਿਲਕੁਲ ਮੰਨਾ ਜੀ ਹੈਗੇ ਆ ਹਾਂਜੀ ਬਲਵਿੰਦਰ ਜੀ ਹੈਗੇ ਆ ਚਾਹੇ ਅੱਜ ਉਹ ਕਲੱਬ ਸਾਡੇ ਭਾਗ ਮਾੜੇ ਆ ਜਿਹੜੇ ਉਹ ਕਲੱਬ ਰਹੇ ਨਹੀਂ ਜੇ ਸੀ ਬੀ ਨਹੀਂ ਰਿਹਾ ਹਾਂਜੀ ਬਿਲਕੁਲ ਜੇ ਸੀ ਬੀ ਦਾ ਲੋਸ ਸੈਟਬੈਕ ਹੋਇਆ ਜਾਂ ਨੌਰਥ ਨਹੀਂ ਚੱਲਿਆ ਐਤਕੀ ਹੁਣੇ ਨਾ 12 ਤਰੀਕ ਨੂੰ ਮੀਟਿੰਗ ਹੋਈ ਆ